ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰੇ ਜਾਣੇ ਵਾਪਸ ਆ ਜਾਓ ਪ੍ਰੋਗਰਾਮ ਦਾ ਨਾਮ ਹੈ ਜੀ ਸਾਡੇ ਪਿੰਡ ਰੱਬ ਵਸਦਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜੀ GNA ਉਦਯੋਗ ਲਿਮਟਿਡ ਇਹ GNA ਇੰਡਸਟਰੀਜ਼ ਦਾ ਇੱਕ ਯੂਨਿਟ ਹੈ ਜੀ ਔਰ ਇਹਦਾ ਫੁੱਲ ਫਾਰਮ ਹੈਗੇ ਗੁਰੂ ਨਾਨਕ ਆਟੋਜ਼ ਔਰ ਇੱਥੇ ਦੇਖੋ ਐਕਸਲ ਬਣਦੇ ਨੇ ਗੱਡੀਆਂ ਦੇ ਇੱਥੇ ਬੜੇ ਡਰਾਈਵ ਸ਼ਾਫਟਾਂ ਬਣਦੀਆਂ ਨੇ ਅਤੇ ਹੋਰ ਵੀ ਕਾਰਾਂ ਜੀਪਾਂ ਦਾ ਬਹੁਤ ਸਾਰਾ ਸਮਾਨ ਇੱਥੇ ਬਣਦਾ ਔਰ ਇਹ ਪਿੰਡ ਦੇ ਵਿੱਚ ਯੂਨਿਟ ਲੱਗੇ ਹੋਏ ਆ ਇਹਨਾਂ ਦੇ ਹੁਣ ਇਹਨਾਂ ਦੇ ਅੰਦਰ ਜਾ ਕੇ ਮਿਲਦੇ ਹਾਂ ਅਤੇ ਇਹਨਾਂ ਨੂੰ ਪੁੱਛਦੇ ਹਾਂ ਵੀ ਇਹ ਕਿੱਦਾਂ ਸਾਰੀ ਇੰਡਸਟਰੀ ਇੱਥੇ ਪੈਦਾ ਹੋਈ ਹੈ ਆਓ ਜੀ ਚੱਲੀਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਹੈਗੇ ਨੇ ਜੀ ਮਨਿੰਦਰ ਸਿੰਘ ਜੀ GNA ਇੰਡਸਟਰੀ ਦੇ ਵਿੱਚ ਇਹ ਫੋਰਥ ਜਨਰੇਸ਼ਨ ਹੈਗੇ ਨੇ ਜੋ ਇਸ ਇੰਡਸਟਰੀ ਨੂੰ ਹੁਣ ਮੈਨੇਜ ਕਰ ਰਹੇ ਆ ਅਤੇ ਸਰ ਇਹ ਨੌਲੇਜ ਹੁਣ ਤੁਸੀਂ ਸਾਨੂੰ ਦੇਣੀ ਹੈ ਬਿਕੋਜ਼ ਤੁਹਾਡੀ ਇੰਡਸਟਰੀ ਬਹੁਤ ਫੈਲੀ ਹੋਈ ਆ ਬੜੇ ਯੂਨਿਟ ਨੇ ਤੁਹਾਡੇ ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡੀ ਜੋ ਇਹ ਇੰਡਸਟਰੀ ਹੈ ਇਹਦੀ ਬਿਗਿਨਿੰਗ ਕਿੱਦਾਂ ਹੋਈ ਕਿੱਦਾਂ ਸ਼ੁਰੂਆਤ ਹੋਈ ਅਤੇ ਆਪਾਂ ਥੋੜ੍ਹਾ ਤੁਰ ਵੀ ਲੈ ਲਿਆ ਤਾਂ ਥੈਂਕਸ ਤੁਹਾਡਾ ਆਉਣ ਦਾ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕਸ ਤੁਹਾਡਾ ਤੇ ਸਾਨੂੰ ਟਾਈਮ ਦਿੱਤਾ ਅਤੇ ਇਹ ਇੰਡਸਟਰੀ ਜੀ ਸਾਡੇ ਗ੍ਰੈਂਡਫਾਦਰ ਨੇ ਸਟਾਰਟ ਕੀਤੀ ਸੀਗੀ ਜੀ ਅੱਛਾ ਜੀ 1946 ਦੇ ਬਾਅਦ ਅਤੇ ਉਹ ਇੰਡਸਟਰੀ ਜਿਹੜੀ ਸੀਗੀ ਇਸ ਤਰ੍ਹਾਂ ਬਣੀ ਸੀਗੀ ਹੀ ਵਾਜ਼ ਅ ਕਾਰਪੈਂਟਰ ਬੇਸਿਕਲੀ ਓਕੇ ਜੀ ਅਤੇ ਉਹ ਆਪਣੀ ਜੋਬ ਕਰਨ ਨੂੰ ਇੱਕ ਵਾਰੀ ਕਿਤੇ ਬਹੁਤ ਦੇਰ ਹੋਈ ਦਿੱਲੀ ਗਏ ਆਪਣੇ ਦਿੱਲੀ ਜੋਬ ਲੈਣ ਲਈ ਜੋਬ ਲੈਣ ਲਈ ਗਏ ਅਤੇ ਉੱਥੇ ਉਹਨਾਂ ਨੂੰ ਜੋਬ ਨਹੀਂ ਮਿਲੀ ਅੱਛਾ ਜੀ ਅਤੇ ਵਾਪਸ ਆ ਗਏ ਅਤੇ ਵਾਪਸ ਆਏ ਦੇ ਰਾਹ 'ਚ ਸੋਚਿਆ ਰੱਬਾ ਕਿਤੇ ਓਪਰਚੁਨਿਟੀ ਦਊਂਗਾ ਅਤੇ ਮੈਂ ਆਪਣੇ ਪਿੰਡ ਦੇ ਬੰਦਿਆਂ ਨੂੰ ਵੀ ਇੱਕ ਓਪਰਚੁਨਿਟੀ ਦੇਣ ਦੀ ਮਤਲਬ ਕੋਸ਼ਿਸ਼ ਕਰੂੰਗਾ ਮੈਂ ਆਪਣੇ ਪਿੰਡ ਵਾਲਿਆਂ ਨੂੰ ਰੁਜ਼ਗਾਰ ਪ੍ਰੋਵਾਈਡ ਕਰਾਂਗਾ ਪੂਰਾ ਰੀਜ਼ਨ ਇਹ ਸੀਗਾ ਵੀ ਉਹਨਾਂ ਦਿਨਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰੁਜ਼ਗਾਰ ਤਾਂ ਸੀਗਾ ਹਾਂਜੀ ਅਤੇ ਪਿੰਡਾਂ ਵਿੱਚ ਨਹੀਂ ਸੀਗਾ ਪਿੰਡ ਦੇ ਬੰਦੇ ਨੂੰ ਕਈ ਕੋਹ ਜਾਣਾ ਪੈਂਦਾ ਸੀ ਦੂਰ ਵੈਸੇ ਵੀ ਪਿੰਡਾਂ 'ਚ ਖੇਤੀਬਾੜੀ ਹੁੰਦੀ ਖੇਤੀਬਾੜੀ ਹੁੰਦੀ ਸੀਗੀ ਸ਼ਹਿਰਾਂ ਵਿੱਚ ਇੰਡਸਟਰੀ ਹੁੰਦੀ ਸੀਗੀ ਦੈਨ ਹੀ ਸਟਾਰਟਡ ਏ ਸਮਾਲ ਇੰਡਸਟਰੀ ਉਸ 'ਚ ਕੋਕਾ ਅਤੇ ਆਪਣਾ ਰੂਪ ਇੰਜਣੀ ਅਤੇ ਸ਼ੂਗਰ ਵਾਲੀ ਮਸ਼ੀਨ ਜਿੱਦਾਂ ਗੁਰਾਇਆ ਵੀ ਆਪਣੇ ਨੇੜੇ ਆ ਉੱਥੇ ਜ਼ਿਆਦਾ ਮਸ਼ਹੂਰ ਉੱਥੋਂ ਫਿਰ ਅਸੀਂ ਜਿਹੜਾ ਹੈਗਾ ਐਕਸਲ ਨੂੰ ਅਸੀਂ ਸੋਚਿਆ ਵੀ ਐਕਸਲ ਬਣਾਇਆ ਜਾਵੇ ਅਤੇ ਸਾਡੇ ਫਰੈਂਡਸ ਨੇ ਵੀ ਦੱਸਿਆ ਦਾ ਪ੍ਰੋਬਲਮ ਵਾਜ਼ ਦੈਟ ਦੈਟ ਟਾਈਮ ਉਹ ਸੀਗਾ ਵੀ ਉਸ ਵੇਲੇ ਇੰਪੋਰਟ ਨਹੀਂ ਹੁੰਦੇ ਅਲਾਓ ਕਿਹੜੀ ਕਿਸੇ ਚੀਜ਼ ਅਤੇ ਬਾਅਦ ਵਿੱਚ ਕੰਟਰੀ ਇਮੀਡੀਏਟਲੀ ਆਜ਼ਾਦ ਹੋ ਗਿਆ ਆਜ਼ਾਦ ਹੋਣ ਤੋਂ ਬਾਅਦ ਫਿਰ ਨਹਿਰੂ ਨੇ ਆਪਣੇ ਪ੍ਰਾਈਮ ਮਿਨਿਸਟਰ ਜਿਹੜੇ ਪਹਿਲੇ ਸੀਗੇ ਉਹਨਾਂ ਨੇ ਕਹਿਤਾ ਵੀ ਕੋਈ ਵੀ ਚੀਜ਼ ਅਸੀਂ ਇੰਪੋਰਟ ਨਹੀਂ ਕਰਾਂਗੇ ਇੱਥੇ ਬਣਾਵਾਂਗੇ ਦੈਨ ਦਾ ਓਪਰਚੁਨਿਟੀ ਡੋਰ ਸਾਡੇ ਲਈ ਖੁੱਲ੍ਹ ਗਿਆ ਹਾਂਜੀ ਹਾਂਜੀ ਉਹਦੇ ਹੋਰ ਨਾਲ ਫਿਰ ਲਿੰਕ ਹੋ ਗਿਆ ਅਤੇ ਫਿਰ ਰੱਬ ਨੇ ਕਿਰਪਾ ਕੀਤੀ ਅਤੇ ਫਿਰ ਸਲੋਲੀ ਸਲੋਲੀ ਅਸੀਂ ਬਣਾਉਂਦੇ ਰਹੇ ਅਤੇ ਫਿਰ ਮੇਰੇ ਫਾਦਰ ਸਾਹਿਬ ਮੇਰੇ ਅੰਕਲ ਅਤੇ ਜਿਹੜੇ ਸਾਡੇ ਮੈਨੇਜਿੰਗ ਡਾਇਰੈਕਟਰ ਹੈਗੇ ਆ ਸਰਦਾਰ ਗੁਰਸ਼ਾਮ ਸਿੰਘ ਜੀ ਮੇਰੇ ਡੈਡ ਚੇਅਰਮੈਨ ਹੈਗੇ ਆ ਕੰਪਨੀ ਦੇ ਅੱਛਾ ਜੀ ਅਤੇ ਇਹਨਾਂ ਨੇ ਇੱਕ ਦਿਨ ਦਾ ਇੱਕ ਐਕਸਲ ਬਣਾਉਂਦੇ ਸੀ ਇੱਕ ਦਿਨ 'ਚ ਇੱਕ ਐਕਸਲ ਬਣਾਉਂਦੇ ਸੀ ਬਾਈ ਬਣਾਉਂਦੇ ਸੀ ਉਦੋਂ ਹਾਂਜੀ ਅੱਛਾ ਜੀ ਬਾਈ ਹੈਂਡ ਬਣਾਉਂਦੇ ਹੁੰਦੇ ਸੀ ਕੋਈ ਮਸ਼ੀਨਰੀ ਨਹੀਂ ਹੁੰਦੀ ਸੀਗੀ ਫਿਰ ਬਣਾ ਕੇ ਉਸ ਤੋਂ ਬਾਅਦ ਫਿਰ ਸਾਈਕਲ ਦੇ ਉੱਤੇ ਬੰਨ ਕੇ ਦੋ ਐਕਸਲ ਜਾਂ ਇੱਕ ਐਕਸਲ ਅਤੇ ਗੁਰਾਇਆ ਜਾ ਕੇ ਫਿਰ ਵੇਚਣ ਜਾਣੇ ਕਹਿੰਦੇ ਸੀ ਜਦੋਂ ਵੀ ਤੁਸੀਂ ਪਲਾਂਟ ਕਦੇ ਵੀ ਖੋਲੂਗੇ ਲਾਈਫ ਦੇ ਵਿੱਚ ਉਹ ਪਿੰਡਾਂ ਵਿੱਚ ਜਾ ਕੇ ਖੋਲਿਓ ਜਿੱਥੇ ਕੋਈ ਰੁਜ਼ਗਾਰ ਨਾ ਹੋਵੇ ਲੱਗ ਸਕੇ ਤਾਂ ਕਿ ਜਿਹੜੇ ਲੋਕਲ ਲੋਕਾਂ ਨੂੰ ਓਪਰਚੁਨਿਟੀ ਮਿਲੇ ਸਾਡੇ ਤੁਸੀਂ ਅੱਜ ਵੀ ਪਲਾਂਟ ਵਾਈਜ਼ ਦੇਖੋਗੇ 99.9% ਜਿਹੜੇ ਹੈਗੇ ਪੰਜਾਬੀ ਆ ਤੇ ਉਹ ਲੋਕਲ ਪਿੰਡਾਂ ਦੇ ਆ ਕੋਈ ਅਬਾਊਟ 60 ਪਿੰਡ ਦੇ ਕਰੀਬ ਇੱਥੇ ਸਾਡੇ ਇੱਕ ਗੱਲ ਹੋਰ ਜਿਹੜੀ ਕਿਉਂਕਿ ਇੰਡਸਟਰੀ ਅਸੀਂ ਦੇਖ ਲਈ ਐਕਸਸ ਦੇਖ ਲਈ ਪਰ ਆਈ ਥਿੰਕ ਵਿਊਰਸ ਨੂੰ ਉਨੀ ਦੇਰ ਤੱਕ ਅੰਦਾਜ਼ਾ ਨਹੀਂ ਹੋਣਾ ਜਦੋਂ ਤੱਕ ਉਹਨਾਂ ਨੂੰ ਕਲਾਇੰਟਸ ਬਾਰੇ ਨਹੀਂ ਪਤਾ ਲੱਗਦਾ ਵੀ ਤੁਹਾਡੇ ਕਲਾਇੰਟਸ ਵਿੱਚੋਂ ਕੌਣ ਕੌਣ ਹੈਗੇ ਨੇ ਸਾਡੇ ਕਲਾਇੰਟਸ ਮੇਜਰ ਜਿਹੜੇ ਹੈਗੇ ਆ ਜੀ ਟਾਟਾ ਹੈਗਾ ਲੇਲੈਂਡ ਹੈਗਾ ਆ ਮਜ਼ਦਾ ਹੈਗਾ ਆ ਆਇਸ਼ਰ ਹੈਗਾ ਆ ਫਿਰ ਆਪਣੇ ਟਰੈਕਟਰ ਕੰਪਨੀਆਂ ਸਾਰੀਆਂ ਤਕਰੀਬਨ ਵੱਡੇ ਤੋਂ ਵੱਡਾ ਸਰ ਐਕਸਲ ਤੁਸੀਂ ਹੁਣ ਤੱਕ ਵੱਡੇ ਤੋਂ ਵੱਡਾ ਸਾਡਾ ਐਕਸਲ ਜਿਹੜਾ ਹੈਗਾ ਆ ਮੇਰੇ ਖਿਆਲ 'ਚ 85 kg 90 kg ਇਹ ਆਪਾਂ ਦੇਖਿਆ ਜੀ ਜਿਪਸੀ ਦੇ ਸੀਗੇ ਜੀ ਕੰਪੋਨੈਂਟ ਆ ਜੀ ਆਹ ਹੈਗੇ ਆ ਵਰਸਾ ਦੇ ਆ ਜੀ
ਠੀਕ ਹੈ ਸਰ ਤੇ ਆ ਫਿਰ ਸਾਡੇ ਓਮਨੀ ਦੇ ਆਉਂਦੇ ਆ ਓਮਨੀ ਦੇ ਆ ਗਏ ਵੈਨ ਵੈਨ ਦੇ ਵੈਨ ਦੇ ਹਾਂਜੀ ਅੱਛਾ ਜੀ ਇਸ ਤੋਂ ਬਾਅਦ ਇਹਨਾਂ ਦੀ ਅਸੈਂਬਲੀ ਹੋ ਜਾਂਦੀ ਜੀ ਇੱਥੇ ਕਿ ਅੱਛਾ ਉਹ ਸਾਰਾ ਕ੍ਰੋਸ ਦੇ ਵਿੱਚ ਫਿੱਟ ਕਰ ਦਿੰਦੇ ਰਹੇ ਠੀਕ ਹੈ ਜੀ ਫਿੱਟ ਕਰਨ ਤੋਂ ਬਾਅਦ ਇਹ ਤੋਂ ਬਾਅਦ ਸਟੇਟਿੰਗ ਕਰਨੀ ਹੈ ਓਕੇ ਸਰ ਸਟੇਟਿੰਗ ਕਰਨ ਤੋਂ ਬਾਅਦ ਫਿਰ ਇਹ ਬੈਲੈਂਸਿੰਗ ਦੇ ਜਾਂਦੇ ਇੱਧਰ ਜਿਹੜਾ ਹੈਗਾ ਇਹ ਇਹ ਵੀ ਬੈਲੈਂਸਿੰਗ ਮਸ਼ੀਨ ਹੈ ਵੱਡੇ ਸਾਈਜ਼ ਦੀਆਂ ਜਿਹੜੀਆਂ ਟਾਟਾ ਦੀਆਂ ਸ਼ਾਪਾਂ ਹੈਗੀਆਂ ਇਹਨਾਂ ਦੇ ਵਿੱਚ ਆਹ ਸਿਸਟਮ ਲੱਗਾ ਹੋਇਆ ਇਹਨਾਂ ਦਾ ਇਲੈਕਟ੍ਰੋਨਿਕ ਇਹ ਚ ਆਇਲ ਕਿੰਨੇ ਗ੍ਰਾਮ ਆ ਕਿੰਨੇ ਐਂਗਲ ਦੇ ਉੱਤੇ ਹੈਗਾ ਠੀਕ ਹੈ ਜੀ ਅਨਬੈਲੈਂਸ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਕਿੰਨੀ ਡਿਗਰੀ ਦੇ ਉੱਤੇ ਕਿੰਨਾ ਤੁਸੀਂ ਵੇਟ ਲਗਾਉਣਾ ਇੱਥੇ ਆਇਆ ਹੋਇਆ ਨਾ ਲਿਖੇ ਨਾ 16 ਡਿਗਰੀ ਦੇ ਉੱਤੇ 1 ਗ੍ਰਾਮ ਦਾ ਵੇਟ ਲਾਉਣਾ ਹੈ ਸਰ ਬਹੁਤ ਵਧੀਆ ਲੱਗਿਆ ਕਿ ਇੰਨੇ ਵੱਡੇ ਪੱਧਰ ਤੇ ਕੰਮ ਹੋ ਰਿਹਾ ਇੰਡਸਟਰੀ ਦਾ ਔਰ ਉਹ ਵੀ ਇੱਕ ਪਿੰਡ ਦੇ ਵਿੱਚ ਹੋ ਰਿਹਾ ਬਹੁਤ ਵਧੀਆ ਲੱਗਿਆ ਜੀ ਸਾਰੇ ਤੁਹਾਡੇ ਸਾਰੇ ਲੋਕਾਂ ਦਾ ਸਹਿਯੋਗ ਹੈਗਾ ਆ ਜਿਹੜੇ ਇੱਥੇ ਕੰਮ ਕਰਦੇ ਹੈਗੇ ਆ ਜਿਨ੍ਹਾਂ ਨੇ ਨਾਲ ਸਾਨੂੰ ਹੈਲਪ ਕੀਤੀ ਹੈਗੀ ਆ ਅਤੇ ਅਸੀਂ ਵੀ ਉਮੀਦ ਰੱਖਦੇ ਹਾਂ ਸਾਡੇ ਨਾਲ ਦੇ ਜਿੰਨੇ ਵੀ ਕੰਮ ਕਰਨ ਵਾਲੇ ਬੰਦੇ ਹੈਗੇ ਆ ਇੱਕ ਅਸੀਂ ਇੱਕ ਫੈਮਿਲੀ ਦੇ ਤੌਰ 'ਤੇ ਕੰਮ ਕਰਦੇ ਸਾਰੇ ਪਰਿਵਾਰਕ ਸਾਂਝ ਬਣੀ ਹੈਗੀ ਆ ਅਤੇ ਇੱਦਾਂ ਚੱਲਦਾ ਰਹੇ ਉੱਪਰ ਵਾਲਾ ਮੇਲ ਰੱਖੇ ਹਾਂਜੀ ਅਤੇ ਚੀਜ਼ਾਂ ਚੱਲਦੀਆਂ ਰਹਿਣਗੀਆਂ ਨਾਲ ਸਹੀ ਗੱਲ ਅਸੀਂ ਆਪਣੀ ਮਿਹਨਤ ਕਰਦੇ ਰਹਾਂਗੇ ਲੋਕਾਂ ਨੂੰ ਹੋਰ ਰੁਜ਼ਗਾਰ ਦਿੰਦੇ ਰਹੋ ਸਰ ਇੱਕ ਹੋਰ ਵੀ ਬਹੁਤ ਵੱਡੀ ਗੱਲ ਇਹ ਹੈਗੀ ਆ ਵੀ ਤੁਸੀਂ ਆਪ ਖੁਦ ਬੜੇ ਡਾਊਨ ਟੂ ਅਰਥ ਔਰ ਸਾਨੂੰ ਇੰਨਾ ਟਾਈਮ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਇਹ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਸਾਡੇ ਕੋਲ ਇੰਨੀ ਦੂਰੋਂ ਇੱਥੇ ਆਏ ਤੁਸੀਂ ਤੇ ਸਾਨੂੰ ਕਵਰ ਕੀਤਾ ਕੋਈ ਗੱਲ ਨਹੀਂ ਸਰ ਤੁਸੀਂ ਇੰਨੇ ਸਾਲਾਂ ਤੋਂ ਮਿਹਨਤ ਕੀਤੀ ਹੈ ਸੋ ਇੰਨਾ ਕੁ ਫਰਜ਼ ਸਾਡਾ ਬਣਦਾ ਸੀਗਾ ਸੋ ਇਹ ਸੀਗਾ ਵੀ ਇੱਕ ਛੋਟਾ ਜਿਹਾ ਗੇੜਾ ਜੀ ਐਨ ਏ ਫੈਕਟਰੀ ਦੇ ਵਿੱਚ ਜੇ ਤੁਸੀਂ ਜੰਗੀ ਪੱਧਰ ਤੇ ਗੇੜਾ ਲਾਉਣਾ ਤਾਂ ਵੀ ਆਪ ਆ ਜਾਓ ਇੱਥੇ ਨਾ ਨਹੀਂ ਕਰਦੇ ਦਿਖਾ ਦੇਣਗੇ ਆਪ ਹੀ ਤੁਹਾਨੂੰ ਫੈਕਟਰੀ ਹੁਣ ਵੀ ਬ੍ਰੇਕ ਲੈ ਲਓ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਪਿੰਡ ਰੱਬ ਵਸਦਾ